ਆਖਿਰ ਕੌਣ ਹੈ ਗੁਰਨਾਮ ਪੁੱਲਰ ਦੀ ਵਾਈਫ ਕਿੱਥੋਂ ਬਿਲੋਂਗ ਕਰਦੀ ਹੈ ਗੁਰਨਾਮ ਪੁੱਲਰ ਦੀ ਜੀਵਨ ਸਾਥੀ ਅਤੇ ਕੀ ਹੈ ਉਹਨਾਂ ਦਾ ਪ੍ਰੋਫੈਸ਼ਨ ਆਪਾਂ ਜਾਣਾਂਗੇ ਇਸ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਪੁੱਲਰ ਵਿਆਹ ਦੇ ਬੰਧਨ ਵਿੱਚ ਬੱਜੇ ਨੇ ਅਤੇ ਉਹਨਾਂ ਦੀਆਂ ਮੈਰਿਜ ਵੀਡੀਓਜ਼ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਅਜੇ ਇਹ ਵਿੱਚ ਗੁਰਨਾਮ ਪੁੱਲਰ ਦੇ ਫੈਨਸ ਉਹਨਾਂ ਦੀ ਜੀਵਨ ਸਾਥੀ ਬਾਰੇ ਸਭ ਕੁਝ ਜਾਣਨਾ ਚਾਹੁੰਦੇ ਨੇ ਕਿ ਗੁਰਨਾਮ ਪੁੱਲਰ ਨੇ ਜਿਸ ਨਾਲ ਵਿਆਹ ਕੀਤਾ ਹੈ ਆਖਿਰ ਉਹ ਕੌਣ ਹੈ ਤੁਹਾਨੂੰ ਦੱਸ ਦਈਏ ਸੋਸ਼ਲ ਮੀਡੀਆ ਤੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਵੀ ਗੁਰਨਾਮ ਪੁੱਲਰ ਨੇ ਹਾਲੇ ਆਪਣੇ ਵਿਆਹ ਬਾਰੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਹਾਲਾਂਕਿ ਇਸ ਵਿਆਹ ਵਿੱਚ ਪੰਜਾਬੀ ਗਾਇਕ ਹਰਪਜਨ ਮਾਨ ਨੇ ਵੀ ਸ਼ਿਰਕਤ ਕੀਤੀ ਅਤੇ ਖੂਬ ਰੌਣਕਾਂ ਲਾਈਆਂ ਸਨ ਉੱਥੇ ਜੇਕਰ ਆਪਾਂ ਗੱਲ ਕਰੀਏ ਗੁਰਨਾਮ ਪੁੱਲਰ ਦੀ ਪਤਨੀ ਬਾਰੇ ਤਾਂ ਉਹਨਾਂ ਦੀ ਪਤਨੀ ਦਾ ਨਾਮ ਡਾਕਟਰ ਬਲਪ੍ਰੀਤ ਕੌਰ ਹੈ ਅਤੇ ਉਹ ਮੋਗੇ ਦੀ ਰਹਿਣ ਵਾਲੀ ਹੈ ਦੱਸ ਦਈਏ ਕਿ ਗੁਰਨਾਮ ਪੁੱਲਰ ਦੀ ਹਮਸਫਰ 23 ਸਾਲ ਦੀ ਹੈ ਅਤੇ ਇਸ ਸਮੇਂ ਉਹ ਐਮਬੀਬੀਐਸ ਦੀ ਪੜ੍ਹਾਈ ਕਰ ਰਹੀ ਹੈ ਗੁਰਨਾਮ ਪੁੱਲਰ ਦੀ ਪਤਨੀ ਵੀ ਉਹਨਾਂ ਵਾਂਗ ਲੰਮੀ ਅਤੇ ਸੋਹਣੀ ਸੁਨੱਖੀ ਹੈ ਉਤੇ ਜੇਕਰ ਆਪਾਂ ਗੱਲ ਕਰੀਏ ਗੁਰਨਾਮ ਪੁੱਲਰ ਦੀ ਮੈਰਿਜ ਲਵ ਮੈਰਿਜ ਹੈ ਜਾਂ ਫਿਰ ਅਰੇਂਜ ਤਾਂ ਇਸ ਬਾਰੇ ਗੁਰਨਾਮ ਪੁੱਲਰ ਵੱਲੋਂ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਤੋਂ ਪਹਿਲਾਂ ਗੁਰਨਾਮ ਪੁੱਲਰ ਨੇ ਕਦੇ ਵੀ ਆਪਣੇ ਜੀਵਨ ਸਾਥੀ ਦਾ ਜ਼ਿਕਰ ਕੀਤਾ ਸੀ ਬਾਕੀ ਤੁਹਾਨੂੰ ਗੁਰਨਾਮ ਪੁਲਰ ਦੀ ਪਤਨੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਐਂਡ ਨਾਲ ਹੀ ਇਹਨਾਂ ਦੇ ਵਿਆਹ ਦੀਆਂ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ